रात्रि काल जी मैं स्वाति सक्सेना पंजाबी खबरा देख रहे आप सब का स्वागत कर दिए खबरें शुरुआत करेंगे पर उस तो पहले कि हेडलाइंस थे खेती करुणा खिलाफ किसान आंदोलन लगातार ही जारी दिल्ली द सरहद पर डटे हुए हैं किसान ਇਸ ਵਾਰ ਵਿੱਚ ਸਯੁਕਤ ਕਿਸਾਨ ਮੋਹਸੇਵ ਲੋ ਬੈਂਕ ਦੇ ਨੀਜੀਕਰਨ ਖਿਲਾਫ ਬੈਂਕਰ ਦੀ ਹੜਤਾਲ ਦੀ ਹਮਾਇਤ ਪੰਜਾਬ ਭਰ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ। ਕਰਨਾ ਦੇ ਵਦਰੇ ਆਮ ਜਨ ਦੇ ਮਦੇ ਨਜ਼ਰ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਮੁੱਖ ਮੰਤਰੀ ਦੇ ਨਾਲ ਕਰਨਗੇ ਬੈਠਕ ਸਾਰਾ ਮਾਸ਼ ਨੂੰ ਸਵੇਰੇ 11 ਵਜੇ ਹੋਵੇਗੀ। ਬੈਠਕ ਖੇਤੀ ਕਰੂਨਾ ਦੇ ਖਿਲਾਫ ਕਿਸਾਨ ਆंदोलਨ ਲਗਾਤਾਰ ਹੀ ਚੱਲ ਰਿਹਾ ਹੈ ਇਸ ਇਤਿਹਤ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਚੋਣਾ ਵਾਲੇ ਸਵੇ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਪੱਦਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਕਿਸਾਨ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ ਸੂਬਤ ਕਿਸਾਨ ਮੋਰਚੇ ਦੇ ਵੱਲੋਂ ਨਿਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ। ਦੇਸ਼ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ ਜ਼ਿਲ੍ਹਾ ਤਹਿਸੀਲ ਪੱਤਰੀ ਰੋਜ਼ ਪੁਜਾਰੇ ਕਰਦੇ ਅਤੇ ਡਿਪਟੀ ਕਮਿਸ਼ਨਰ, ਐਸ.ਡੀ.ਐਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਮੰਗ ਪੱਤਰ ਭੇਜੇ ਗਏ। ਰੇਲਵੇ ਸਟੇਸ਼ਨਾਂ ਤੇ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਹਮਾਇਤ ਕੀਤੀ ਗਈ। ਉਧੋ ਹੁਸ਼ਿਆਰਪੁਰ ਵਿੱਚ ਸ਼ਹੀਦ ਉਦਮ ਸਿੰਘ ਪਾਰਕ ਵਿਖੇ ਕੇਂਦਰੀ ਟ੍ਰੇਡ ਯੂਨੀਅਨਸ ਦੇ ਸਦਕ ਤੇ ਕਿਸਾਨ ਮਜ਼ਦੂਰ ਮਜ਼ਦਮਾਂ ਵੱਲੋਂ ਨੀਜਿਕਰਨ ਵਿਰੋਧ ਰੋਸ ਮੂਹਾਰਾ ਕੀਤਾ ਗਿਆ ਇਸ ਮੌਕੇ ਕੇਂਦਰ ਦੀ ਆਸ-ਪਾਸ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹੋਇਆਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਸ਼ ਵੀ ਘਟਿਆ ਗਿਆ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਵਿਚ ਲਗਾਤਾਰ ਵਧਰੀ ਮਹਿੰਗਾਈ ਨਵੇਂ ਬਿਜਲੀ ਸੋਧ ਬਿੱਲ ਅਤੇ ਅਪ੍ਰੈਲ ਤੋਂ ਲਾਗੂ ਹੋਣ ਜਾ ਰਹੇ ਨਵੇਂ ਕਿਰਤ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੁੱਤ ਕਿਸਾਨ ਮੋਰਚਾ ਵੱਲੋਂ ਮਹਿੰਗਾਈ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇਲ ਦੇ ਵਾਅਦੇ ਦੇ ਖਿਲਾਫ ਪ੍ਰਸ਼ਾਸਕੀ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਣ ਦੇ ਦਿੱਤੇ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਦੇ ਏਕਤਾ ਉਗਰਾਹਾ ਬਲਾਕ ਰਾਏਕੋਟ ਵੱਲੋਂ ਰਾਏਕੋਟ ਦੇ ਐਸਡੀਐਮ ਦਫ਼ਤਰ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਐਸਡੀਐਮ ਰਾਏਕੋਟ ਦੀ ਗੈਰ ਮੌਜੂਦਗੀ ਵਿੱਚ ਕਾਰਜ ਸாதਕ ਅਫਸਰ ਰਾਏਕੋਟ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਅਗਵਾ ਨੇ ਕੇਂਦਰ ਸਰਕਾਰ ਤੇ ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ 'ਕਲਾਪੜਾਸ' ਕੱਢੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ 28 ਮਾਰਚ ਨੂੰ ਕਿਸਾਨ ਕਾਨਫਰੰਸ ਕੀਤੀ ਜਾਵੇਗੀ। ਇਹ ਕਾਨਫਰੰਸ ਕਿਸਾਨ ਸੰਯੁਕਤ ਮੋਰਚਾ ਦਿੱਲੀ ਦੀ ਸਰਪ੍ਰਸਤੀ ਹੇਠ ਕੀਤੀ ਜਾ ਰਹੀ ਹੈ। ਕਾਨਫਰੰਸ ਵਿੱਚ ਰਾਕੇਸ਼ ਕਿਹਾਤ ਬਲਵੀਰ ਸਿੰਘ ਰਾਜੇਵਾਲ ਜਗਜੀਤ ਸਿੰਘ ਢੱਲੇਵਾਲ ਅਤੇ ਹੋਰ ਪ੍ਰਮੁੱਖ ਲੀਡਰਸ਼ਿਪ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਲਗਭਗ ਪਿਛਲੇ 5 ਮਹੀਨਿਆਂ ਤੋਂ ਨਕੀਆਂ ਟੋਲ ਪਲਾਜ਼ੇ ਤੇ ਦਿਨ ਰਾਤ ਅਤਨਾ ਲਗਾ ਕੇ ਚੱਲ ਰਹੇ ਨੇ ਅਤੇ ਲਗਾਤਾਰ ਪੁਖੜਤਾ ਚੱਲ ਰਹੀ ਹੈ कोरोना ਦੇ ਵਧ ਰਹੇ ਮਾਮਲਿਆਂ ਦੇ ਮਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਮੁੱਖ ਮੰਤਰੀਆਂ ਦੇ ਨਾਲ ਬੈਠੇ ਕਰਨਗੇ ਪ੍ਰਧਾਨ ਮੰਤਰੀ ਮੋਦੀ ਦੀ ਇਹ ਬੈਠਕ 17 ਮਾਰਚ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹੋਵੇਗੀ ਮੀਟਿੰਗ ਦੌਰਾਨ ਵੈਕਸੀਨੇਸ਼ਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਣਗੇ ਘਾਤਕ ਕੋਰੋਨਾ ਵਾਇਰਸ ਦੀ ਮਹਾਮਾਰੀ ਦੇਸ਼ ਵਿੱਚ ਆਪਣਾ ਸਕੰਝਾ ਇੱਕ ਵਾਰ ਫਿਰ ਕੱਸਦੀ ਜਾ ਰਹੀ ਹੈ ਲੰਘੇ ਦਿਨ ਦੇਸ਼ ਵਿੱਚ ਇੱਕੋ ਦਿਨ ਵਿੱਚ ਇਸ ਸਾਲ ਦਾ ਰਿਕਾਰਡ 26291 ਮਾਮਲੇ ਦਰਜ ਕੀਤੇ ਗਏ ਇਹ ਤਾਜ਼ਾ ਅੰਕੜਾ ਸਿਰਫ 24 ਘੰਟਿਆਂ ਦਾ ਹੈ ਇਸ ਮਹਾਮਾਰੀ ਕਾਰਨ ਇਸੇ ਦੌਰਾਨ 118 ਲੋਕਾਂ ਦੀ ਮੌਤ ਹੋਈ ਹੈ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਹਿਲਾਂ ਤੋਂ ਕਾਫੀ ਕਮੀ ਵੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵਧਣੇ ਸ਼ੁਰੂ ਹੋ ਗਏ ਨੇ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮਹਾਮਾਰੀ ਤੇਜ਼ੀ ਨਾਲ ਫੈਲਦੀ ਵਿਖਾਈ ਦੇ ਰਹੀ ਹੈ ਦਿਨ ਸੋਮਵਾਰ ਨੂੰ ਪੰਜਾਬ ਵਿੱਚ ਕਰੋਨਾ ਦੇ 1843 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਦੇ ਨਾਲ ਹੀ 27 ਦੀ ਮੌਤ ਵੀ ਹੋ ਚੁੱਕੀ ਹੈ ਹੁਣ ਤੱਕ ਰਾਜ ਦੇ ਵਿੱਚ 199573 ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਨੇ ਜਦੋਂ ਕਿ ਇਹਨਾਂ ਵਿੱਚੋਂ 6099 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਰਾਜ ਵਿੱਚ ਕੁੱਲ 15294 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ ਨੇ ਜਿਨ੍ਹਾਂ ਵਿੱਚੋਂ 1843 ਲੋਕ ਪੋਜ਼ਿਟਿਵ ਪਾਏ ਗਏ ਨੇ ਰਾਜ ਵਿੱਚ ਹੁਣ ਤੱਕ 53,93,825 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਮਾਰਚ 2021 ਵਿੱਚ ਕਰਵਾਏ ਜਾਣ ਵਾਲੀ 10ਵੀਂ ਅਤੇ 12ਵੀਂ ਸ਼੍ਰੇਣੀ ਸਮੇਤ ਓਪਨ ਸਕੂਲ ਦੀਆਂ ਅਪਾਰਟਮੈਂਟ ਰੀਅਪੀਅਰ ਵਾਦੂ ਵਿਸ਼ਾ ਕਾਜ ਗੁਜਾਰੀ ਵਧਾਉਣ ਸੰਬੰਧੀ ক্যাਟਾਗਰੀਆਂ ਦੀਆਂ ਪ੍ਰੀਖਿਆਵਾਂ ਸੂਬੇ ਵਿੱਚ ਕੋਵਿਡ-19 ਦੇ ਵਧਰੇ ਮਾਮਲੇ ਦੇ ਮੱਦੇਨਜ਼ਰ ਲਗਭਗ 1 ਮਹੀਨਾ ਮੁਲਤਵੀ ਕਰ ਦਿੱਤੀ ਗਈਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ શ્રી ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਰ 22 ਮਾਰਚ ਤੋਂ ਆਰੰਭ ਹੋਣ ਵਾਲੀ 12ਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ 20 ਅਪ੍ਰੈਲ ਤੋਂ 24 ਮਈ ਤੱਕ ਕਰਵਾਈ ਜਾਵੇਗੀ ਜਦੋਂ ਕਿ 10ਵੀਂ ਸ਼੍ਰੇਣੀ ਦੀ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪ੍ਰੀਖਿਆ ਹੁਣ 4 ਮਈ ਤੋਂ 24 ਮਈ 2021 ਤੱਕ ਕਰਵਾਈ ਜਾਵੇਗੀ ਜੰਮੂ ਕਸ਼ਮੀਰ ਦੇ ਸ਼ੋਪਿਆਂ ਵਿੱਚ ਸੁਰੱਖਿਆ ਫੋਰਸ ਦੇ ਤਲਾਸ਼ ਅਤੇ ਕੈਰਬੰਦੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਦੇ ਵਿੱਚ ਜੈਸ਼ੇ ਮੁਹੰਮਦ ਦਾ ਇੱਕ ਕਮਾਂਡਰ ਮਾਰਿਆ ਗਿਆ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਸ਼ੋਪਿਆਂ ਦੇ ਵਿੱਚ ਸੁਰੱਖਿਆ ਫੋਰਸਾਂ ਦੇ ਕਾਸੋ ਦੌਰਾਨ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ ਸਥਾਨਕ ਅਤਵਾਦੀ ਮਾਰਿਆ ਗਿਆ ਤਲਾਸ਼ ਅਤੇ ਕੈਰਬੰਦੀ ਮੁਹਿੰਮ ਸ਼ਨੀਵਾਰ ਰਾਤ ਸ਼ੁਰੂ ਕੀਤੀ ਗਈ ਸੀ ਕਸ਼ਮੀਰ ਰੇਜ ਦੇ ਪੁਲਿਸ ਇੰਸਪੈਕਟਰ ਜਰਨਲ ਵਿਜੇ ਕੁਮਾਰ ਨੇ ਸ਼ੋਪਿਆਂ ਦੇ ਵਿੱਚ ਮੁਕਾਬਲੇ ਦੌਰਾਨ ਜੈਸ਼ੇ ਮੁਹੰਮਦ ਦੇ ਕਮਾਂਡਰ ਸਜਾਤ ਅਫਗਾਨੀ ਦੇ ਮਾਰੇ ਜਾਣ ਦੀ ਸੁਰੱਖਿਆ ਫੋਰਸ ਨੂੰ ਬਤਾ ਦਿੱਤੀ ਹੈ ਸ਼੍ਰੋਮਣੀ ਕਾਲੀ ਦਲ Badal ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਮੰਗਦਾ ਜਵਾਬ ਰੈਲੀ ਦੇ ਬਾਰੇ ਸੁਖਜਿੰਦਰ ਸਿੰਘ ਰੰਦਾਵਾ ਨੇ ਉਲਟਾ ਸੁਖਵੀਰ ਸਿੰਘ Badal ਨੂੰ ਸਵਾਲ ਕਰਦੇ ਕਿਹਾ ਹੈ ਕਿ ਪੰਜਾਬ ਤਾਂ ਉਦੋਂ ਵੀ ਜਵਾਬ ਮੰਗਦਾ ਸੀ ਜਦੋਂ ਅਕਾਲੀ ਸਰਕਾਰ ਸਮੇਂ ਚਿੱਟਾ ਨਸ਼ਾ ਗੁੰਡਾਗਰਦੀ ਸਭ ਕੁਝ ਉੜਦਾ ਪੰਜਾਬ ਦੇ ਨਾਹਰ ਚੱਲ ਰਿਹਾ ਸੀ ਦੱਸ ਦੇ ਕਿ ਪੀਏ ਡੀਬੀ ਜਲਾਲਾਬਾਦ ਦੇ ਚੇਅਰਮੈਨ ਸ਼ੰਟੀ ਕਪੂਰ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਵਿਰਖ ਨੂੰ ਰਸਮੀ ਤੌਰ ਤੇ ਉਹਨਾਂ ਦੇ ਅਹੁਦੇ ਸੌਂਪਣ ਲਈ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨਾਲ ਵਿਧਾਇਕ ਰਮਿੰਦਰ ਸਿੰਘ ਆਵਲਾ ਅਤੇ ਵਿਧਾਇਕ ਦਵਿੰਦਰ ਸਿੰਘ ਗੁਬਾਇਆ ਪੀਏਟੀਪੀ ਬੈਂਕ ਜਲਾਲਾਬਾਦ ਵਿਖੇ ਪਹੁੰਚੇ ਸਨ ਉਹ ਅਸ਼ਰੰਤੀ ਕਪੂਰ ਅਤੇ ਗੁਰਪ੍ਰੀਤ ਸਿੰਘ ਵੇਰਖ ਨੂੰ ਉਹਨਾਂ ਦੀਆਂ ਕੁਰਸੀਆਂ ਦੇ ਬਿਠਾਇਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕੈਂਟ ਮંત્રી ਸੁਖਜਿੰਦਰ ਸਿੰਘ ਰੰਦਾਵਾ ਨੇ ਦੱਸਿਆ ਕਿ ਜਲਾਲਾਬਾਦ ਦੇ ਪੀਏਡੀਬੀ ਬੈਂਕ ਵਿੱਚ ਅਕਾਲੀ ਸਰਕਾਰ ਸਵੇ ਰਾਜਨੀਤਿਕ ਲੋਕਾਂ ਦੇ ਦਬਾਹੇ ਹਟ ਅਫਸਰਾਂ ਨੇ ਬਹੁਤ ਕਪਲੇ ਕੀਤੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ ਪਹਿਲਾਂ ਤੇ ਉਹ ਲੰਬੀ ਕਿਹਾ ਕਿ ਅਸੀਂ ਮੈਂ ਲੰਬੀ ਤੋਂ ਚੁਣ ਲੜਾਂਗਾ ਉਹ ਪਰਿਵਾਰ ਉਹਨਾਂ ਸਾਰੇ ਪੰਜਾਬ ਚ ਪਰਿਵਾਰ ਹੀ ਇਲੈਕਸ਼ਨ ਲੜਨੇ ਕਹਿੰਦਾ ਤੇ ਮਗਰ ਹੋਰ ਕੋਈ ਬੰਦਾ ਇਲੈਕਸ਼ਨ ਨਹੀਂ ਲੜੇਗਾ ਜਿਹੜੀ ਜਿਹੜੀ ਚੀਜ਼ ਆ ਕਿ ਇਹ ਕਹਣਾ ਕਿ ਪੰਜਾਬ ਜਵਾਬ ਮੰਗਦਾ ਪੰਜਾਬ ਤੇ ਜਵਾਬ ਉਹ ਵੀ ਮੰਗਦਾ ਕਿ ਜਦੋਂ ਉੜਦਾ ਪੰਜਾਬ ਇਹਨਾਂ ਦੇ ਟਾਈਮ ਚ ਕਿਹਾ ਸੀ ਉੜਦਾ ਪੰਜਾਬ ਪੰਜਾਬ ਦੇ ਲੋਕ ਇਹ ਵੀ ਸਵਾਲ ਵਿੱਚ ਜਵਾਬ ਮੰਗਦੇ ਨੇ ਕਿ ਚਿੱਟੇ ਦਾ ਮੰਗਦੇ ਵੀ ਮੈਂ ਇਹ ਟੂ ਅਕਸੈਪਟ ਕਰਦਾ ਕਿ ਮੇਰੀ ਗਵਰਨਮੈਂਟ ਆ ਅਸੀਂ ਉਹਦੇ ਤੇ ਪੂਰਾ ਅਜੇ ਤੱਕ ਸਿਕੰਜਾ ਨਹੀਂ ਕਰ ਸਕਿਆ ਪਰ ਅਸੀਂ ਚਿੱਟੇ ਤੇ ਰੋਕ ਜਰੂਰ ਲਾ ਦਿੱਤੀ ਆ ਉਸ ਟਾਈਮ ਦੇ ਜਿਸ ਵੇਲੇ ਮੈਂ ਵੀ ਜਾਖੜ ਸਾਹਿਬ ਔਰ ਮੈਂ ਦੋਨੋਂ ਹੀ ਅਸੀਂ ਅਸੈਂਬਲੀ ਦੇ ਵਿੱਚ ਸੀਗੇ ਅਸੀਂ ਉਸ ਟਾਈਮ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਨੂੰ ਚੈਲੰਜ ਕਰਦੇ ਰਹੇ ਆ ਇਹ ਉਸ ਟਾਈਮ ਹੋਮ ਮਿਨਿਸਟਰ ਸੀ ਵੱਡੇ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਤੇ ਕਦੀ ਇਹਨਾਂ ਉੱਠ ਕੇ ਜਵਾਬ ਨਹੀਂ ਸੀ ਦਿੱਤਾ ਜਿਹੜੇ ਕਹਿੰਦੇ ਨੇ ਕਿ ਮੈਂ ਸਵਾਲ ਪੁੱਛਦਾ ਲੋਗ ਇਹਨਾਂ ਨੂੰ ਸਵਾਲ ਪੁੱਛਣਗੇ ਤੁਹਾਡੇ ਜਲਾਲਾਬਾਦ ਦੇ ਵਿੱਚ ਗੁੰਡਾਗਰਦੀ ਸੁਖਵੀਰ ਬਾਦਲ ਨੇ ਕੀਤੀ ਇਲੈਕਸ਼ਨ ਇਥੇ ਹੋਈ ਹੈ ਪੂਰੇ ਪੰਜਾਬ ਚ ਫਾਇਲ ਕਾ ਦੇ ਐਮਐਲਏ ਸਾਹਿਬ ਬੈਠੇ ਨੇ ਕਿਸੇ ਦਾ ਇਥੇ ਪੇਪਰ ਰਜਿਸਟਰ ਨਹੀਂ ਹੋਇਆ ਇਹਨਾਂ ਦੇ ਟਾਈਮ ਚ ਕਿਸੇ ਦਾ ਪੇਪਰ ਐਕਸੈਪਟ ਨਹੀਂ ਸੀ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਵਿਸਥਾਰ ਕਰਦੇ ਹੋਏ ਆ ਪਾਰਟੀ ਦੇ 88 ਹੋਰ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਦੇ ਨਾਲ ਹੀ ਸਰਦਾਰ ਬਦਲਵਾਲੋ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾਉਂਦਾ ਵੀ ਐਲਾਨ ਕੀਤਾ ਗਿਆ ਇਸ ਵਿੱਚ ਸਰਦਾਰ ਗੁਲਜਾਰ ਸਿੰਘ ਰਣਕੀ ਅਤੇ ਸ਼੍ਰੀ ਪ੍ਰਕਾਸ਼ ਚੰਦ ਗਰਗ ਨੂੰ ਵੀ ਸ਼ਾਮਲ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਿਆਲ ਸਿੰਘ ਕੋਲਿਆਵਾਲੀ ਦਾ ਪਿੰਡ ਕੋਲਿਆਵਾਲੀ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਸਾਫ ਕਮੁਕਮਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂ ਪਹੁੰਚੇ ਅਕਾਲੀ ਸਰਕਾਰ ਸਮੇਤ ਦਿਆਲ ਸਿੰਘ ਕੋਲਿਆਵਾਲੀ ਪੰਜਾਬ ਐਗਰੋ ਦੇ ਚੇਅਰਮੈਨ ਵੀ ਰਹੇ ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਸਨ ਕੋਲਿਆਵਾਲੀ ਬੀਤੇ ਲੰਮੇ ਸਮੇਂ ਬਿਮਾਰ ਚੱਲ ਰਹੇ ਸਨ ਜਿਨ੍ਹਾਂ ਦਾ ਇਲਾਜ ਦਿੱਲੀ ਦੇ ਮੈਦਾਨ ਦਾ ਹਸਪਤਾਲ ਵਿਖੇ ਚੱਲ ਰਿਹਾ ਸੀ ਲੰਗੇ ਦੀਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ पटियाला शहर ਦੇ ਅਰਬਨ ਸਟਰੀਟ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਦੋ ਨੌਜਵਾਨਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਹਮਲੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤੇ ਦੂਸਰਾ ਜ਼ਖਮੀ ਹੋ ਗਿਆ ਹੈ ਮ੍ਰਿਤਕ ਦੀ ਪਛਾਣ 23 ਸਾਲਾ ਦੀਪਕ ਦੇ ਰੂਪ ਵਿੱਚ ਹੋਈ ਹੈ ਜ਼ਖਮੀ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਇਸ ਬਾਬਾ ਜਾਣਕਾਰੀ ਦਿੰਦਿਆ ਰਾਜੂ ਨੇ ਕਿਹਾ ਕਿ ਸ਼ਿਵ ਮੰਦਿਰ ਵਿੱਚ ਲੰਗਰ ਖਾਣ ਤੋਂ ਬਾਅਦ ਉਹ ਦੋਵੇਂ ਡੈਰੀ ਤੇ ਦੁੱਧ ਲੈਣ ਜਾ ਰਹੇ ਸਨ ਰਸਤੇ ਵਿੱਚ ਕੁਝ ਵਿਅਕਤੀ ਕੁਰਦੰਗ ਮਚਾ ਰਹੇ ਸਨ ਤੇ ਦੋਵਾਂ ਨੇ ਉਹਨਾਂ ਵਿਅਕਤੀ ਨੂੰ ਰੋਕਿਆ ਤਾਂ ਇਸ ਦੌਰਾਨ ਦੋਹਾਂ ਦਾ ਉਹਨਾਂ ਨਾਲ ਝਗੜਾ ਹੋ ਗਿਆ ਅਤੇ ਇਸ ਬਾਅਦ ਉਹ ਉੱਥੋਂ ਚਲੀ ਗਈ ਇਸ ਦੌਰਾਨ ਜਦੋਂ ਉਹ ਅਰਬਨ ਸਟੇਟ ਬਾਈਪਾਸ ਕੋਲ ਪਹੁੰਚੇ ਤਾਂ ਉਕਤ ਵਿਅਕਤੀ ਨੇ ਦੋਹਾਂ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਦੀਪਕ ਦੀ ਮੌਤ ਹੋ ਗਈ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਚੜ੍ਹਦੀ ਸਵੇਰ ਦਰਦਨਾਗ ਸੜਕਾਸਾ ਵਾਪਰੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਪਿੰਡ ਦਾਖਲਾ ਦੇ ਦੋਪਰਾ ਜਸਵੰਤ ਸਿੰਘ ਅਤੇ ਜੰਗ ਬਹਾਦਰ ਸਿੰਘ ਆਪਣੇ ਟਰੈਕਟਰ ਟਰਾਲੀ ਤੇ ਗੰਨੇ ਲੈ ਕੇ 슈ਗਰ ਮਿਲ ਬਟਾਲਾ ਆ ਰਹੇ ਸਨ ਇਸ ਦੌਰਾਨ ਪਿੰਡ ਸੋਹਲ ਨੇੜੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਟਰੈਕਟਰ ਤੇ ਸਵਾਰ ਜੰਗ ਬਹਾਦਰ ਦੀ ਮੌਕੇਤੀ ਮੌਤ ਹੋ ਗਈ ਜਦੋਂ ਕਿ ਟਰੈਕਟਰ ਚਾਲਕ ਜਸਵੰਤ ਸਿੰਘ ਜ਼ਖਮੀ ਹੋ ਗਏ ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਲੋਕਾਂ ਨੂੰ सट्टा लगिया ने जिन्होंने सिविल हस्पता गुरदासपुर इलाज लेजा गया बस का ड्राइवर मौके पर फरार हो गया मृतक के परिवार वाले ने मृतक के सड़क सड़कते पुलिस प्रशासन खिलाफ रोस प्रदर्शन किया ਬਟਿੰਡਾ ਪੁਲਿਸ ਨੇ ਰਾਮਪੁਰਾ ਇਲਾਕੇ ਵਿੱਚ ਰਾਸਮੇ ਲੜਕੀ ਬਣ ਕੇ ਲੁੱਟ ਕਰਨ ਵਾਲੇ ਸੱਤ ਮੈਂਬਰੀ ਗਰੋਪ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਦੋ ਮੈਂਬਰ ਫਰਾਰ ਹੋ ਗਏ ਨੇ ਜੋ ਕਿ ਹਾਈਵੇ ਦੇ ਚੱਲਣ ਵਾਲੀ ਰਾਤ ਦੋ ਟਰੱਕਾਂ ਅਤੇ ਹੋਰ ਵਾਹਨਾਂ ਦੀ ਲੁੱਟ ਕਰਦੇ ਸਨ ਅਤੇ ਇਹਨਾਂ ਕੋਲ ਪੁਲਿਸ ਨੇ ਪਿਸਤਲ ਸਮੇਤ ਨਕਦੀ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਨਗਰ ਕੌਂਸਲ ਜ਼ਿਰਕਪੁਰ ਦੀ ਅਧੀਨ ਆਉਂਦੇ ਪਿੰਡ ਦਿয়ালਪੁਰਾ ਵਿਖੇ ਇੱਕ 27 ਸਾਲਾ ਵਿਆਹੁਤਾ ਨੇ ਭੇਤਪਰੀ ਹਾਲਾਤ ਦੇ ਵਿੱਚ ਫਾਹ ਲੈ ਕੇ ਜੀਵਨ ਲिला ਸਮਾਪਤ ਕਰ ਲਈ ਹੈ ਇਸ ਸਬੰਧੀ ਦੋਸ਼ ਲਗਾਉਂਦੇ ਹੋਏ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਕਿ ਹੈ ਕਿ ਉਹਨਾਂ ਦੇ ਬੇਟੀ ਰਵਿੰਦਰਕੌਰ ਉਰਫ ਰੂਵੀ ਦਾ ਵਿਆਹ ਸਾਲ 2012 ਵਿੱਚ ਪਿੰਡ ਦਿয়ালਪੁਰਾ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਹੋਇਆ ਸੀ ਸਵੇਰੇ ਉਹਨਾਂ ਨੂੰ ਪਿੰਡ ਦਿয়ালਪੁਰਾ ਦਾ ਫੋਨ ਆਇਆ ਕਿ ਉਹਨਾਂ ਦੇ ਪੇਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਜਦੋਂ ਉਹ ਆਪਣੀ ਲੜਕੀ ਦਾ ਸੰਸਕਾਰ ਕਰਨ ਲਈ ਦਿয়ালਪੁਰਾ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਲੜਕੀ ਦੇ ਗਲੇ ਵਿੱਚ ਨਿਸ਼ਾਨ ਪਏ ਹੋਏ ਸਨ ਸ਼ੱਕ ਪੈਣ ਤੇ ਉਹਨਾਂ ਨੇ ਜ਼ਿਰਖਪੁਰ ਪੁਲਿਸ ਨੂੰ ਸੂਚਨਾ ਦਿੱਤੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਏ ਨੇ ਕਿ ਲੜਕੀ ਦੇ ਪਤੀ ਵੱਲੋਂ 5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਅਤੇ ਮੌਤ ਤਫ਼ਤੀਸ਼ ਸ਼ੁਰੂ ਕੀਤੀ ਇਜਾਨ ਸਭ ਦਾ ਆ ਗਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਦੇ ਲਈ ਤੁਸੀਂ ਬਣਿਓ ਚੱਡੀਲਾ ਟਾਈਮ ਟੀਵੀ ਨਾਲ ਧੰਨਵਾਦ